हेलो हाय नमस्कार सत श्री अकाल तुसी देख रहे हो चढ़दी कला टाइम टीवी मैं हाँ जी रिदम ते इस प्रोग्राम फोन का फंडा जे तुहाडा सारयां दा स्वागत है जिहड़ा कि हर सोमवार बुधवार शुक्रवार लाइव लैके असी आने ते तुहाडी फरमाइशां पूरियां करदे आ तुहानू तुहाडे फेवरेट सिंगर्स दे गाने सुनाने आ ओह वी सिर्फ घर बैठे ही। हाँ असी करना की है सिर्फ घर बैठे एक कॉल करना है नंबर डायल करना है 9-1-61-92-162 इस नंबर ते कॉल करना है जिस तरह के साडे कॉलर जिन्हां ने कीता है उहनां दे नाल गल करदे आ। हेलो रघनवीर जी सत श्री अकाल जी। सत श्री अकाल जी स्वागत है सब तो पहला नाम फिर शहर दा नाम। दविंदरपाल शर्मा पिंड रामा जिला मोगा जी। ते दविंदर वीरे गाना केड़े सिंगर दा सुनना? गाना सुनना जी अज जॉर्डन संधू दा जी। जॉर्डन संधू दा सुनना चाहने हो जी जरूर सुनावांगे जी। ते होर कोई नवी गलबात करना चाहो अज मैं तुहाडे ते छड़दा यार मैं बहुत गल्लां करदा मैं बहुत टॉपिक लैके आना सवाल लैके आना सो कदी कदी बंदा कोई भी आ सोचदा जरूर हुंदा कोई भी तत्थ होए ਨਹੀਂ ਵੈਸੇ ਅੱਜ ਕੋਈ ਗੱਲਬਾਤ ਨੀ ਸੋਚੀ ਮੈਂ ਕਿਹਾ ਚਲੋ ਅੱਜ ਫੇਰ ਫੋਨ ਲਾਉਂਦੇ ਹਫ਼ਤਾ ਹੋ ਗਿਆ ਸੀਗਾ ਲਾਇਆ ਨੂੰ ਫੋਨ ਪਿਛਲੇ ਬੁੱਧਵਾਰ ਨੂੰ ਲਾਇਆ ਸੀਗਾ ਅੱਜ ਮੈਂ ਕਿਹਾ ਚਲੋ ਪਹਿਲੀ ਕਾਲ ਲਾ ਕੇ ਦੇਖਦੇ ਆ। ਅੱਛਾ ਜੀ ਤੇ ਫੋਨ ਲਾ ਟਰਾਈ ਕੀਤਾ ਫੋਨ ਲੱਗ ਗਿਆ ਜੀ। ਅੱਛਾ ਜੀ ਚਲੋ ਤੇ ਤੁਸੀਂ ਕਿਉਂਕਿ ਥੋੜੇ ਜਿਹੇ ਮੈਂ ਬ੍ਰੇਕ ਪਾ ਲੈਂਦਾ ਵਿੱਚ ਕਿਉਂਕਿ ਆਪਣਾ ਜਿਹੜਾ ਇਹ ਪਰਿਵਾਰ ਆ ਥੋੜਾ ਜਿਹਾ ਬੜੇ ਜੀ ਨਵੇਂ ਨਵੇਂ ਕਾਲਰ ਆਉਂਦੇ ਆ ਹੋਰ ਜੋੜਦੇ ਆ ਬਹੁਤ ਵਧੀਆ ਲੱਗਦਾ ਹੈਗਾ ਸਾਨੂੰ। ਬਹੁਤ ਅੱਛੀ ਸੋਚ ਹੈ ਬਹੁਤ ਅੱਛੀ ਸੋਚ ਹੈ ਔਰ ਸ਼ੁਕਰੀਆ ਦਵਿੰਦਰ ਵੀਰੇ ਤੁਸੀਂ ਇਹ ਸੋਚ ਸ਼ੁਕਰੀਆ ਵੀਰ ਜੀ ਥੈਂਕ ਯੂ ਕਾਲ ਕਰਨ ਲਈ ਧੰਨਵਾਦ ਹੈ। ਸੋ ਅੱਛੀ ਗੱਲ ਹੈ ਜੀ ਜਿੱਥੇ ਤੁਸੀਂ ਪ੍ਰੋਗਰਾਮ ਦੇਖਦੇ ਹੋ ਹੈ ਨਾ ਕੁਛ ਦਰਸ਼ਕ ਇੱਦਾਂ ਦੇ ਵੀ ਹੈਗੇ ਜਿਨ੍ਹਾਂ ਦਾ ਕਦੀ ਕਾਲ ਲੱਗਿਆ ਵੀ ਨਹੀਂ ਹੈਗਾ ਔਰ ਕੁਛ ਇੱਦਾਂ ਦੇ ਹੈਗੇ ਜਿਨ੍ਹਾਂ ਨੇ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਹੈਗੀ ਸੋ ਕੋਸ਼ਿਸ਼ ਕਰਿਆ ਕਰੋ ਜਿਹੜੇ ਰੈਗੂਲਰ ਕਾਲਰ ਨੇ ਤੁਹਾਨੂੰ ਲੱਗਦਾ ਕਿ ਕਾਲ ਕਰਦੇ ਨੇ ਸੋ ਭਾਈ ਉਹ ਰੈਗੂਲਰ ਕਾਲ ਕਰਦੇ ਨੇ ਤਾਂ ਉਹਨਾਂ ਦਾ ਲੱਗਦਾ ਤੁਸੀਂ ਵੀ ਉਹਨਾਂ 'ਚ ਇੱਕ ਹੋ ਸਕਦੇ ਹੋ ਜਿਹੜੇ ਵੀ ਰੈਗੂਲਰ ਕਾਲਰ ਨੇ ਕਾਲ ਕਰਦੇ ਰਿਹਾ ਕਰੋ ਪ੍ਰੋਗਰਾਮ ਦੇਖਿਆ ਕਰੋ ਅਤੇ ਦੂਜਿਆਂ ਨੂੰ ਵੀ ਅਸੀਂ ਮੌਕਾ ਜ਼ਰੂਰ ਦੇਣਾ ਜਿਹੜੇ ਨਵੇਂ ਦਰਸ਼ਕ ਹੈ ਸੋ ਗਾਣਾ ਰੈਡੀ ਹੈ ਫਿਲਹਾਲ ਗਾਣਾ ਇੰਜੋਏ ਕਰਦੇ ਹਾਂ। ਕਾਲਰ ਰੈਡੀ ਗੱਲ ਕਰਦੇ ਹਾਂ। ਹੈਲੋ ਹੈਲੋ ਸਰ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ? ਮੈਂ ਜੀ ਸੰਗਰੂਰ ਜ਼ਿਲ੍ਹੇ ਤੋਂ ਗੱਲ ਕਰ ਰਿਹਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ। ਅੱਛਾ ਜੀ ਸਵਾਗਤ ਹੈ ਤੁਹਾਡਾ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਸਿੱਧੂ ਮੂਸੇਵਾਲੇ ਦਾ ਜ਼ਰੂਰ ਸੁਣਾਵਾਂਗੇ ਬਾਈ ਜੀ ਕਰਦੇ ਕੀ ਹੋ? ਮੈਂ ਜੀ ਆਪਣਾ ਪੜ੍ਹਦਾ ਜੀ। ਅੱਛਾ ਜੀ ਪੜ੍ਹਦੇ ਹੋ ਕਿੰਨਵੀਂ 'ਚ ਪੜ੍ਹਦੇ ਹੋ ਜਾਂ ਕੀ ਪੜ੍ਹ ਰਹੇ ਹੋ? ਮੈਂ ਜੀ ਕੰਪਿਊਟਰ ਕੋਰਸ ਕਰ ਰਿਹਾ ਜੀ। ਕੰਪਿਊਟਰ ਕੋਰਸ ਕਰ ਰਹੇ ਹੋ ਤੁਸੀਂ? ਹਾਂਜੀ ਹਾਂ। ਅੱਛਾ ਜੀ ਚਲੋ ਅੱਛੀ ਗੱਲ ਹੈ ਕਿਹੜਾ ਕੋਰਸ ਕਰ ਰਹੇ ਹੋ? ਕੰਪਿਊਟਰ ਐਪਲੀਕੇਸ਼ਨ ਦਾ ਜੀ। ਐਪਲੀਕੇਸ਼ਨ ਮਤਲਬ ਸੌਫਟਵੇਅਰ ਕੋਰਸ ਕਰ ਰਹੇ ਹੋ ਤੁਸੀਂ? ਹਾਂਜੀ ਹਾਂ। ਅੱਜ ਵੈਸੇ ਵਰਲਡ ਸਟੇਸ਼ਨਰੀ ਡੇ ਵੀ ਹੈਗਾ ਸੀਗਾ ਵੈਸੇ ਮੈਂ ਤਾਂ ਹੀ ਸੋਚ ਰਿਹਾ ਸੀਗਾ ਚਲੋ ਦੱਸਿਆ ਜਾਏ ਬਟ ਸਟੇਸ਼ਨਰੀ ਵਾਲਾ ਕੋਈ ਲੈਣਾ ਦੇਣਾ ਤਾਂ ਆਪਣੇ ਕੰਪਿਊਟਰ ਵਿੱਚ ਹੁੰਦਾ ਨਹੀਂ ਹਨਾ। ਸਟੇਸ਼ਨਰੀ ਦਾ ਵੈਸੇ ਜਿੰਨਾ ਵੀ ਮਟੀਰੀਅਲ ਆ ਆਲਮੋਸਟ ਆਪਣਾ ਜਿੰਨੇ ਵੀ ਪ੍ਰੋਜੈਕਟ ਦੂਸਰੇ ਹੁੰਦੇ ਆ ਆਪਣੇ ਸਕੂਲਾਂ ਕਾਲਜਿਸ ਵਾਲੇ ਪੈਨ ਪੈਨਸਿਲਸ ਵਾਲੇ ਇਹ ਇਹਨਾਂ ਚੀਜ਼ਾਂ ਦੇ ਵਿੱਚ ਕੰਮ ਆਉਂਦਾ। ਵੈਸੇ ਮੈਂ ਦਰਸ਼ਕਾਂ ਨੂੰ ਦੱਸ ਰਿਹਾ ਸੀਗਾ ਅੱਜ ਵਰਲਡ ਸਟੇਸ਼ਨਰੀ ਡੇ ਵੀ ਸੀਗਾ ਸੋ ਸ਼ੁਕਰੀਆ ਜੀ ਸੰਗਰੂਰ ਵਾਲਿਓ ਕਾਲ ਕਰਨ ਲਈ ਧੰਨਵਾਦ ਹੈ ਬਾਈ। ਸੋ ਸਟੇਸ਼ਨਰੀ ਡੇ ਵੀ ਹੈਗਾ ਹੋਰ ਇੱਕ ਹੋਰ ਦਿਨ ਵੀ ਹੈਗਾ ਉਹ ਕਿਹੜਾ ਦਿਨ ਆ ਉਹ ਵੀ ਦੱਸਾਂਗਾ ਫਿਲਹਾਲ ਗਾਣਾ ਰੈਡੀ ਹੈ ਉਹ ਇੰਜੋਏ ਕਰਦੇ ਹਾਂ। ਕਿਆ ਬਾਤ ਹੈ ਸੋ ਪ੍ਰੋਗਰਾਮ ਦੇ ਵਿੱਚ ਘਰੇ ਬਹਿ ਕੇ ਇਹੀ ਗੱਲਾਂ ਮਾਰਨੀਆਂ ਹੈ ਕਿਉਂਕਿ ਜਿਹੜਾ ਦੂਸਰਾ ਦਿਨ ਹੈ ਉਹ ਹੈਗਾ ਵਰਕ ਫਰੋਮ ਹੋਮ ਸੋ ਨੈਸ਼ਨਲ ਵਰਕ ਫਰੋਮ ਹੋਮ ਯਾਨੀ ਕਿ ਜਿਹੜੇ ਘਰ ਬੈਠੇ ਕੰਮ ਕਰਦੇ ਨੇ ਜਾਂ ਘਰ ਤੋਂ ਕੰਮ ਕਰਦੇ ਆ ਉਹ ਵਾਲਾ ਦਿਨ ਵੀ ਹੈਗਾ ਸੋ ਭਾਈ ਹਰ ਦਿਨ ਹਰ ਕੋਈ ਮਨਾਉਂਦਾ ਹੈ ਕਿਸੇ ਨਾ ਕਿਸੇ ਮਕਸਦ ਦੇ ਲਈ ਮਨਾਉਂਦਾ ਹੈ ਸੋ ਉਹਦੀ ਸ਼ੁਰੂਆਤ ਵੀ ਕਿਸੇ ਰੀਜ਼ਨ ਕਰਕੇ ਹੀ ਹੁੰਦੀ ਹੈ ਸੋ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਚੀਜ਼ ਜੁੜੀ ਹੋਈ ਹੈ ਪਰ ਫਿਲਹਾਲ ਜਿਹੜੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਕਿੱਥੋਂ ਗੱਲ ਕਰਦੇ ਹੋ? ਮੈਂ ਕੋਲਕਾਤਾ ਤੋਂ ਬਬਲੀ ਅਰੋੜਾ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਵੈਸੇ ਆਵਾਜ਼ ਤੋਂ ਹੀ ਪਹਿਚਾਣ ਲਿਆ ਸੀਗਾ ਮੈਂ ਥੋੜਾ ਜਿਹਾ ਕਨਫਰਮ ਕਰਦਾ ਸੀਗਾ ਕਿ ਇਹ ਕਾਲ ਕਰ ਰਹੇ ਨੇ। ਜੀ 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 ਆਇਓ ਜੀ ਸਵਾਗਤ ਹੈ ਤੁਹਾਡਾ ਜੀ। ਬਬਲੀ ਜੀ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਤੁਸੀਂ ਆਪਣੀ ਪਸੰਦ ਦਾ ਵਧੀਆ ਜਿਹਾ ਸੁਣਾ ਦਿਓ। ਅੱਛਾ ਜੀ ਜ਼ਰੂਰ ਸੁਣਾਵਾਂਗੇ ਬਹੁਤ ਅੱਛਾ ਲੱਗਿਆ ਜੀ ਤੁਸੀਂ ਫੈਮਿਲੀ ਦੇ ਨਾਲ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਹੋ ਸਾਡੇ ਪ੍ਰੋਗਰਾਮ 'ਚ ਜੁੜੇ ਹੋਏ ਹੋ ਤੁਹਾਡੇ ਉਸ ਦਿਨ ਕੀ ਕਹਿੰਦੇ ਆ ਪੋਤਰਾ ਜਿਹੜਾ ਉਹਨੇ ਵੀ ਕਾਲ ਕੀਤਾ ਸੀਗਾ। ਹਾਂਜੀ 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 ਬਹੁਤ ਅੱਛਾ ਲੱਗਿਆ ਮੈਨੂੰ ਤੁਸੀਂ ਦੱਸ ਰਹੇ ਸੀਗੇ ਤੇ ਹੋਰ ਕੌਣ ਦੇਖਦਾ ਤੁਸੀਂ ਔਰ ਤੁਹਾਡਾ ਪੋਤਾ ਹੀ ਦੇਖਦਾ ਜਾਂ ਪੂਰੀ ਫੈਮਿਲੀ ਦੇਖਦੀ? ਨਹੀਂ ਨਹੀਂ ਮੇਰਾ ਦੋਸਤ ਸਵੇਰੇ ਸਵੇਰੇ ਬਿਜ਼ਨਸ ਹੋ ਸਾਡਾ ਸਵੇਰੇ ਸਵੇਰੇ ਕੰਮ ਤੇ ਚਲਾ ਜਾਂਦਾ ਹੈ। ਅੱਛਾ ਜੀ ਉਹਨਾਂ ਨੂੰ YouTube ਤੇ ਦੇਖਦੇ ਕਰੋ ਤੁਸੀਂ ਮੇਰੇ ਮੇਰੇ ਤਿੰਨ
मेरे तीन ना फेसबुक फ्रेंड बने हैं लुधियाने तो। अच्छा जी। हाँ उन्हें एक का नाम गुरजीत है। अच्छा जी। एक का नाम दिलजीत है। अच्छा जी। एक परमिंदर वीरजी है। अच्छा जी। फीमेल वो मेरी भैन बनी हुई है। अच्छा जी। हाँ जी नोट की ऑलमोस्ट साढ़े पंजाब दे विच की इस टाइम होया कि हर कोई चाहता कि पंजाब तो बाहर जाया जाए या असी उस तरीके दा हां जी हां जी मैं सच्ची दिल मेरा भी यही मनना है कि पंजाब तो बाहर जाके जी नहीं लग सकदा बाहर कुछ नहीं रखिया वीरे बाहर कुछ नहीं रखिया बाहर जाके जी नहीं लग सकता सो तुहानू देख के पता चलता जी सानू किन्ना प्यार है पंजाबियों का पंजाब दे नाल और जेड़े पंजाबी नहीं भी है वह भी प्यार करते हैं बहुत प्यार करते हैं और बहुत अलग अलग स्टेट के विचों भी सानू कॉल्स आंदियां ने और पंजाबी गाने की फरमाइश होंदी है सो यह थोड़ा प्यार ही है बना के रखो जी साडे चैनल नाल साडे प्रोग्राम नाल और पंजाबी म्यूजिक दे नाल सो आओ गाना रेडी है इंजॉय करते हैं नेक्स्ट कॉलर दा वेलकम कर दे हां हेलो हेलो सत श्री अकाल जी सत श्री अकाल की नाम है जी किथों गल कर रहे हो मैं गुरवास सिंह गल कर रहा हां जी हरियाणा तो हरियाणा तो केड़े शहर तो मैं सफीदों निमणाबाद विलेज अच्छा जी स्वागत है तुम्हारा गाना केड़े सिंगर दा सुनना जी तुसी सिंगर ਸਿੱਧੂ ਮੂਸੇਵਾਲਾ ਦਾ ਸੁਣਨਾ ਜੀ ਅੱਛਾ ਜੀ ਸੁਣਾ ਦਿੰਦੇ ਆ ਬਾਈ ਜੀ ਕਰਦੇ ਕੀ ਹੋ ਵੈਸੇ ਮੈਂ ਜੋਬ ਕਰਦਾ ਜੀ ਕੀ ਜੋਬ ਕਰਦੇ ਹੋ ਕੈਟਲ ਫੀਡ ਗੋਕਾ ਕੈਟਲ ਫੀਡ ਚ ਅੱਛਾ ਜੀ ਕੈਟਲ ਫੀਡ ਦੇ ਵਿੱਚ ਹੈਗੀ ਹੋ ਤੇ ਅੱਜ ਵਰਕ ਫਰੋਮ ਹੋਮ ਡੇ ਵੀ ਹੈਗਾ ਜੇ ਤੁਸੀਂ ਉੱਥੇ ਨਾ ਹੁੰਦੇ ਤੇ ਤੁਹਾਨੂੰ ਕੀ ਲੱਗਦਾ ਅੱਜ ਕਿੱਥੇ ਕੰਮ ਕਰ ਰਹੇ ਹੁੰਦੇ ਬਸ ਅੱਜ ਵਰਕਿੰਗ ਕਰਦਾ ਅੱਜ ਤੇ ਮੈਂ ਆਇਆ ਸੀ ਘਰੇ ਲੰਚ ਕਰਨ ਵਾਸਤੇ ਤੇ ਰਾਤ ਦਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ ਅੱਛਾ ਜੀ ਫਿਰ ਤੁਸੀਂ ਆਪਣੇ ਵਟਸਐਪ ਸਟੇਟਸ ਤੇ ਵੀ ਲਾਇਓ ਚਾਹੇ ਅੱਗੇ ਰਿਸ਼ਤੇਦਾਰਾਂ ਨੂੰ ਵੀ ਫਾਰਵਰਡ ਕਰ ਦਿਓ ਤੁਹਾਡਾ ਨਾਮ ਤੁਹਾਡੇ ਸ਼ਹਿਰ ਦਾ ਨਾਮ ਵੀ ਆਏਗਾ ਉਹਦੇ ਲਈ ਤੁਹਾਨੂੰ ਯੂਟਿਊਬ ਤੇ ਜਾਣਾ ਪਏਗਾ ਉੱਥੇ ਜਾ ਕੇ ਲਿਖਣਾ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਉਹਦੇ ਨਾਲ ਇੱਕ ਛੋਟਾ ਜਿਹਾ ਵਰਡ ਹੋਰ ਲਿਖਣਾ ਪ੍ਰਾਈਮ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹਦੇ ਵਿੱਚ ਵੀਡੀਓਜ਼ ਤੇ ਜਾ ਕੇ ਫੋਨ ਕਾ ਫੰਡਾ ਦੀ ਸਾਰੀਆਂ ਲਿਸਟ ਆਉਂਦੀਆਂ ਨੇ ਜੀ ਹਰ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਸਾਡਾ ਪ੍ਰੋਗਰਾਮ ਆਉਂਦਾ ਦੁਪਹਿਰ ਨੂੰ 2 ਵਜੇ ਅਤੇ ਇਹ ਜਿੰਨੇ ਐਪੀਸੋਡ ਨੇ ਉੱਥੇ ਅਪਲੋਡ ਹੁੰਦੇ ਆ ਸਾਰੇ ਕਾਲਰਸ ਦੇ ਅਸੀਂ ਨਾਮ ਅਤੇ ਉਹਨਾਂ ਦੇ ਜਿੰਨੇ ਵੀ ਸਿਟੀਜ਼ ਜਿੱਥੋਂ ਵੀ ਉਹ ਗੱਲ ਕਰ ਰਹੇ ਆ ਜਿਹੜੇ ਵੀ ਡਿਸਟ੍ਰਿਕਟ ਤੋਂ ਉਹ ਮੈਂਸ਼ਨ ਕਰ ਦਿੰਦੇ ਆ ਜੀ ਅਤੇ ਉੱਥੋਂ ਡਾਊਨਲੋਡ ਕਰ ਲੈਣਾ ਜੀ ਤੁਸੀਂ ਆਪਦੇ ਵਾਲਾ ਕਲਿੱਪ ਠੀਕ ਹੈ ਜੀ ਦੇਖੋ ਤੁਹਾਨੂੰ ਨਾਲ ਦੀ ਨਾਲ ਅਸੀਂ ਫਾਇਦਾ ਵੀ ਦੇ ਦਿੱਤਾ ਸੋ ਆਓ ਅਤੇ ਫਾਇਦਾ ਵੀ ਲੈ ਕੇ ਜਾਓ ਜਿੱਥੇ ਫਰਮਾਇਸ਼ ਪੂਰੀ ਹੁੰਦੀ ਹੈ ਗਾਣੇ ਦੀ ਨਾਲ ਨਾਲ ਦੇਖੋ ਅਸੀਂ ਤੁਹਾਨੂੰ ਹੋਰ ਕਿੰਨਾ ਕੁਛ ਰਿਟਰਨ ਦੇ ਵਿੱਚ ਦੇ ਰਹੇ ਹਾਂ ਗੱਲ ਕਰਦੇ ਹਾਂ ਨੈਕਸਟ ਕਾਲਰ ਦੇ ਨਾਲ ਗਾਣਾ ਸੁਣਾਉਂਦੇ ਹਾਂ ਪਰ ਗੱਲ ਕਰਦੇ ਹਾਂ ਪਹਿਲਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਕਿੱਥੋਂ ਗੱਲ ਕਰਦੇ ਹੋ ਸਾਡਾ ਮੁੰਡਾ ਆ ਗਿਆ ਕੇਦਾਰਨਾਥ ਰਾਹੁਲ ਮਲਿਕ ਔਰ ਸੰਜੇ ਮਲਿਕ ਜੀ ਨੇ ਸੋ ਸਵਾਗਤ ਹੈ ਤੁਹਾਡਾ ਸੰਜੇ ਮਲਿਕ ਜੀ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ ਸਿੱਧੂ ਮੂਸੇਵਾਲਾ ਜੀ ਸਿੱਧੂ ਮੂਸੇਵਾਲਾ ਦਾ ਸੁਣਨਾ ਚਾਹੁੰਦੇ ਹੋ ਸੋ ਜ਼ਰੂਰ ਸੁਣਾਵਾਂਗੇ ਔਰ ਇਹ ਚੀਜ਼ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜਿੱਥੇ ਆ ਸਾਡਾ ਇੰਟਰਟੇਨਮੈਂਟ ਚੱਲਦਾ ਰਹਿੰਦਾ ਉੱਥੇ ਸਾਡਾ ਭਗਤੀ ਵੱਲ ਧਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਸੋ ਕੀ ਤੁਹਾਨੂੰ ਕੀ ਲੱਗਦਾ ਅੱਜ ਅਸੀਂ ਵਰਕ ਫਰੋਮ ਹੋਮ ਡੇ ਦੇ ਉੱਪਰ ਗੱਲ ਕਰ ਰਹੇ ਹਾਂ ਅਤੇ ਜੇ ਤੁਸੀਂ ਬੁਟੀਕ ਦਾ ਕੰਮ ਨਾ ਕਰ ਰਹੇ ਹੁੰਦੇ ਤਾਂ ਹੋਰ ਕੀ ਕਰ ਰਹੇ ਹੁੰਦੇ ਮੇਰਾ ਤੇ ਚੱਲਦਾ ਤੁਹਾਡਾ ਚੱਲਦਾ ਦੱਸੋ ਮੈਂ ਤਾਂ ਤੁਹਾਡਾ ਸੋਚਣਾ ਨਾ ਅੱਛਾ ਇੱਕ ਗੱਲ ਦੱਸਾਂ ਜਰਾ ਪੁੱਛੋ
एक पेड़ हैगा ओदी लकड़ी नहीं हुंदी। अच्छा जी। प्लस केला टेढ़ा क्यों हुंदा? सवाल भी पूछ लिया जवाब भी देता। अच्छा जी, ओदे तुहानू पता है ना? हां, बाकी सबनू भी तो पता करना है ना। सो सवाल दे विच इन्होंने जवाब देता आपे ही, ते ए तुहाडे लई सवाल है जे तुसी गैस कर पाओ। सो फिलहाल गाना रेडी है। थैंक यू सो मच संजय जी कॉल करने लिए, धन्यवाद। अगे तो जो सवाल पूछना थोड़ा ध्यान ना पूछना कि जवाब ओदे विच ना बोलिया जाए। सो सवाल इदां पूछो, थोड़ा जिहा तरीका चेंज करके पूछो कि सवाल उही रहे, अगला सुनने वाला कन्फ्यूज हो जाए कि यार ये बंदे ने सवाल किस तरह पूछता, जिवें कि मैं करदा हुन्ना तुहानू ऊल जलूल सवाल कह के। तो सवाल सिंपल जिहा ही हुंदा पर उहनू थोड़ा पुठे तरीके नाल पुछ लईदा, सो थोड़ा फनी भी हो जांदा। सो गाना इंजॉय करदे आं फिलहाल सिद्धू मूसे वाला दा। नेक्स्ट कॉलर दा वेलकम करदे आं। हैलो, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ, ਕਿੱਥੋਂ ਗੱਲ ਕਰਦੇ ਹੋ? ਅਸੀਂ ਮੋਗੇ ਤੋਂ, ਸਰਬਜੀਤ ਕੌਰ। ਸਰਬਜੀਤ ਕੌਰ ਮੋਗੇ ਤੋਂ ਗੱਲ ਕਰ ਰਹੇ ਹੋ, ਸਰਬਜੀਤ ਤੁਹਾਡਾ ਵੈਲਕਮ ਹੈ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਹਾਂਜੀ, ਗਾਣਾ ਕਿਹੜੇ ਸਿੰਗਰ ਦਾ ਸੁਣਨਾ? ਟੀਵੀ ਦੀ ਆਵਾਜ਼ ਘੱਟ ਕਰਕੇ ਪਹਿਲਾਂ ਫਿਰ ਦੱਸ ਦਿਓ। ਗੁਰਨਾਮ ਭੁੱਲਰ ਦਾ। ਗੁਰਨਾਮ ਭੁੱਲਰ ਦਾ ਸੁਣਨਾ ਚਾਹੁੰਦੇ ਹੋ? ਸਰਬਜੀਤ ਜੀ ਤੁਸੀਂ ਕੀ ਕਰਦੇ ਹੋ? ਹਾਂਜੀ, ਮੈਂ ਹਾਊਸਮੇਟ ਹਾਂ। ਹਾਊਸ ਵਾਈਫ ਹੋ ਕਿ ਹਾਊਸ? ਨਹੀਂ, ਹਾਊਸ ਮੇਡ। ਅੱਛਾ ਜੀ, ਅੱਛਾ ਜੀ, ਕੰਮ ਕਰਦੇ ਹੋ, ਚਲੋ ਅੱਛੀ ਗੱਲ ਹੈ। ਕੰਮ ਮਿਹਨਤ ਦੀ ਕਰਕੇ ਖਾ ਰਹੇ ਹਾਂ ਆਪਾਂ, ਬਸ ਉਹਦੇ 'ਚ ਸਭ ਤੋਂ ਵੱਡਾ ਮਾਣ ਹੁੰਦਾ ਹੈ, ਪ੍ਰਾਊਡ ਹੁੰਦਾ ਹੈ ਵੈਸੇ ਮਿਹਨਤ ਦੀ ਕਮਾ ਕੇ ਖਾਣ ਦਾ। ਅਤੇ ਇਹ ਦੱਸੋ ਕਿ ਜੇ ਤੁਸੀਂ ਅੱਜ ਘਰੋਂ ਕੰਮ ਕਰਦੇ ਬੈਠ ਕੇ ਤਾਂ ਕੀ ਕੰਮ ਕਰਦੇ? ਅੱਛਾ ਜੀ, ਘਰ ਦੇ ਕੰਮ ਤਾਂ ਫਿਰ ਉਹੀ ਹੁੰਦੇ ਆ ਜਿਹੜੇ, ਰੋਟੀ ਬਣਾ ਲਈ, ਸਬਜ਼ੀ ਬਣਾ ਲਈ, ਹੋਰ ਕੀ ਹੈ। ਹਾਂਜੀ ਹਾਂਜੀ। ਚਲੋ, ਆਲ ਦਾ ਵੈਰੀ ਬੈਸਟ ਜੀ, ਪਰਮਾਤਮਾ ਤੁਹਾਡੀ ਜ਼ਿੰਦਗੀ 'ਚ ਹੋਰ ਤਰੱਕੀਆਂ ਦੇਵੇ, ਤੁਹਾਨੂੰ ਖੁਸ਼ ਰੱਖੇ, ਕਾਮਯਾਬ ਬਣਾਵੇ। ਸ਼ੁਕਰੀਆ ਜੀ ਕਾਲ ਕਰਨ ਲਈ, ਧੰਨਵਾਦ ਹੈ। ਗਾਣਾ ਸੁਣਾਉਂਦੇ ਹਾਂ ਜੀ ਆਪਾਂ ਇਹਨਾਂ ਨੂੰ, ਆ ਜਾਓ ਸੁਣਦੇ। ਕਾਲਰ ਰੈਡੀ ਨੇ, ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ, ਕਿੱਥੋਂ ਗੱਲ ਕਰਦੇ ਹੋ? ਜੀ ਸਤਪਾਲ ਸਿੰਘ ਗੱਲ ਕਰ ਰਿਹਾ, ਸੰਗਰੂਰ ਤੋਂ। ਸੰਗਰੂਰ ਤੋਂ ਸਤਪਾਲ ਸਿੰਘ ਜੀ, ਸਵਾਗਤ ਹੈ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਜੀ ਤੁਸੀਂ? ਸਤਿੰਦਰ ਸਰਤਾਜ ਦਾ ਨਾਚ ਸੌਂਗ ਹੈ ਜਿਹੜਾ ਨਵੀਂ ਫਿਲਮ ਆਈ ਸੀ ਕਲੀ ਜੋਤਾ ਹੁਣੇ। ਅੱਛਾ ਜੀ, ਸਤਿੰਦਰ ਸਰਤਾਜ ਜੀ ਦਾ ਜੀ, ਜ਼ਰੂਰ ਸੁਣਾਓ। ਨਾਚ ਨਾਚ ਗਾਣਾ ਹੈ। ਅੱਛਾ ਜੀ, ਤੇ ਕਰਦੇ ਕੀ ਹੋ ਭਾਈ ਸਾਹਿਬ ਤੁਸੀਂ? ਮੈਂ ਬਾਈ ਪ੍ਰੋਫੈਸ਼ਨ ਹੈਲਥ ਕੇਅਰ ਦੇ ਸੈਕਟਰ ਹੈ। ਹੈਲਥ ਕੇਅਰ ਹੋ ਤੁਸੀਂ ਬਾਈ ਪ੍ਰੋਫੈਸ਼ਨ? ਜੀ, ਹੈਲਥ ਕੇਅਰ ਪ੍ਰੋਫੈਸ਼ਨਲ। ਹੈਲਥ ਕੇਅਰ ਪ੍ਰੋਫੈਸ਼ਨਲ ਹੋ, ਉਹਦੇ 'ਚ ਕੀ ਕਰਦੇ ਹੋ, ਐਡਵਾਈਜ਼ਰ ਹੋ ਜਾਂ ਫਿਰ ਕੀ ਕਰਦੇ ਹੋ? ਨਹੀਂ ਸਰ, ਉਹਦੇ 'ਚ ਅਸੀਂ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਆ, ਹੋਸਪਿਟਲ ਹੁੰਦਾ, ਅਸੀਂ ਉਹਦੀ ਮੈਨੇਜਮੈਂਟ ਕਰਦੇ ਹਾਂ, ਉਹਦੀ ਪ੍ਰਮੋਸ਼ਨ ਹੋਈ ਆ, ਉਹਦੀਆਂ ਜਿਹੜੀਆਂ ਕਮੀ ਕੁੱਤਾਂ ਨੇ ਵੀ ਹੈਗੀਆਂ ਨੇ, ਉਹ ਸਾਰੀਆਂ ਕਰਦੇ ਹਾਂ। ਅੱਛਾ ਜੀ, ਅਤੇ ਜੇ ਤੁਸੀਂ ਹੈਲਥ ਕੇਅਰ ਪ੍ਰੋਫੈਸ਼ਨ ਪ੍ਰੋਫੈਸ਼ਨਲ ਨਾ ਹੁੰਦੇ ਤਾਂ ਤੁਹਾਨੂੰ ਕੀ ਲੱਗਦਾ ਕੀ ਹੁੰਦੇ ਹੋਰ? ਮੈਂ ਰਾਈਟਰ ਹੁੰਦਾ। ਰਾਈਟਰ ਜੀ, ਮਤਲਬ ਕਲਾਕਾਰ ਅਸੀਂ ਬਾਹਰ ਕੱਢ ਲਿਆ ਦੇਖੋ ਤੁਹਾਡਾ। ਨਹੀਂ, ਮੈਂ ਲਿਖਿਆ ਕਾਫੀ ਦੇਰ ਤੱਕ, ਮੈਂ ਕੁਛ ਅਖਬਾਰਾਂ ਲਈ ਸਟੋਰੀਜ਼ ਵੀ ਲਿਖੀਆਂ ਪਹਿਲਾਂ। ਅੱਛਾ ਜੀ, ਤੇ ਕਹੂੰਗਾ ਕਿ ਚਲੋ ਲੱਕੇ ਇਧਰਲੇ ਪਾਸੇ ਆਉਣਾ ਪੈ ਗਿਆ, ਪਰ ਸ਼ੁਰੂ ਚ ਮੈਂ ਨਿਊਜ਼ ਪੇਪਰ ਲਈ ਆਰਟੀਕਲ ਵੀ ਲਿਖੇ, ਕੁਛ ਕਵਿਤਾਵਾਂ ਵੀ ਲਿਖੀਆਂ, ਤੇ ਕੀਤਾ ਮਤਲਬ ਉਹ ਆਰਟਿਸਟ ਹੈਗਾ ਸੀ ਅੰਦਰ, ਹੁਣ ਵੀ ਕਦੇ ਵਾਰੀ ਨੀ, ਅਕਸਰ ਹੀ ਉਸਨੂੰ ਮਿਸ ਕਰਦੇ ਆ ਕਿ ਯਾਰ ਉਹ ਕਿਉਂ ਨੀ ਹੈ ਲਾਈਫ 'ਚ, ਮਿਸ ਨਾ ਕਰੋ, ਆਪਾਂ ਮਜਬੂਰੀ ਹੈ ਕਿ ਰੋਜ਼ ਰੋਟੀ ਕਮਾਉਣੀ। ਮਿਸ ਕਰੋਗੇ ਨਾ ਤਾਂ ਪਰਮਾਨੈਂਟ ਮਿਸ ਹੋ ਜਾਣੀ ਆ ਚੀਜ਼। ਦੇਖੋ ਜਿਹੜੀ ਆਪਣੀ ਜੌਬ ਆ, ਪ੍ਰੋਫੈਸ਼ਨ ਆ, ਇਹ ਤਾਂ ਆਪਦੇ ਘਰ ਪਰਿਵਾਰ ਲਈ ਹੋ ਗਿਆ, ਹਨਾ, ਆਪਦੀ ਜ਼ਿੰਦਗੀ ਦੇ ਨਿਰਵਾਹ ਲਈ ਹੋ ਗਿਆ, ਪਰ ਜਿਹੜੇ ਆਪਦੇ ਕੁਝ ਸ਼ੌਂਕ ਹੁੰਦੇ ਆ ਯਾਰ, ਆਪਦੀ ਦਿਲੀ ਇੱਛਾ ਵੀ ਹੁੰਦੀ ਆ, ਬੰਦੇ ਦੇ ਜਜ਼ਬਾਤ ਹੁੰਦੇ ਆ ਯਾਰ, ਆਹ ਚੀਜ਼ ਤਾਂ ਐਟਲੀਸਟ ਮੈਂ ਕਰਨੀ ਚਾਹੁੰਦਾ ਕਿ ਜਿਹਦੇ ਨਾਲ ਇੱਕ ਸਕੂਨ ਮਿਲ ਜਾਂਦਾ ਕਿ ਯਾਰ ਹਾਂ ਆਹ ਚੀਜ਼ ਸੋਚੀ ਸੀ ਤਾਂ ਜ਼ਰੂਰ ਕੀਤੀ ਹੈ, ਐਟਲੀਸਟ ਟ੍ਰਾਈ, ਹਨਾ। ਸੋ ਯੂ ਸ਼ੁੱਡ ਟ੍ਰਾਈ ਬਰੋ, ਕਿ ਤੁਹਾਨੂੰ ਉਹ ਚੀਜ਼ ਕਰਨੀ ਚਾਹੀਦੀ ਹੈ, ਉਹਦੇ ਲਈ ਜਾਓ, ਮੌਕਾ ਨਾ ਛੱਡੋ, ਜ਼ਿੰਦਗੀ ਬਹੁਤ ਵੱਡੀ ਹੈ ਯਾਰ, ਜ਼ਿੰਦਗੀ ਦੇ ਘੜੀ ਵਾਲ ਦਾ ਭਰੋਸਾ ਨਹੀਂ ਹੈ। ਮੈਂ ਹੁਣ ਵੀ ਅੱਜੇ ਤੋਂ ਮੈਨੂੰ ਪਹਿਲੀ ਵਾਰੀ ਮੈਂ ਕੋਈ ਲਾਈਨਾਂ ਲਿਖੀਆਂ ਸੀ ਜਿਹੜੀਆਂ, ਮੈਂ ਉਹ ਉੱਥੋਂ ਜਦੋਂ ਲੰਘਦਾ ਤਾਂ ਉਹ ਪੇੜ ਮੈਨੂੰ ਹਜੇ ਵੀ ਯਾਦ ਆਉਂਦਾ। ਮੈਂ ਕਹਿੰਦਾ ਜੇ ਦੋ ਕੁ ਲਾਈਨਾਂ ਸਾਡੇ ਨਾਲ ਸਾਂਝੀਆਂ ਕਰ ਸਕੋ ਜੇ ਯਾਦ ਆ ਰਹੀਆਂ ਨੇ।
कॉल कट गया शायद बाई जी का, चलो कोई गल नहीं। सो बाई जी इन्ना की कहना चाहना कि जे वो कितने चीज़ तुसी मिस करते हो तो उन्होंने कंटिन्यू जरूर करो, चाहे आपके प्रोफेशन के नाल ही जरूर टाइम कड्ढो, आपके लिए लिखो, लिखना शुरू करो। होर काफ़ी अच्छे अच्छे प्लेटफॉर्म है, और छोटे छोटे प्लेटफॉर्म अजकल काफ़ी अवेलेबल है, उत्थे तुसी ये चीज़ा कर सकते हो, अप्रोच कर सकते हो अगे तक। सो ऑल द वेरी बेस्ट। सो गाना रेडी है, हुण गाना सुनावांगे, पर उहदे नाल इक होर छोटी जी चीज़ की है, वह मैं कहना चाहना कि गल्लां करदे करदे जिहड़ी चीज़ है मैं नहीं कहना चाहना उही मैनूं कहनी पैंदी है, कि समां जिहड़ा इजाजत नहीं दे रहा हुण अगे वधण दी, क्योंकि टाइम हो चुका है जी पूरा। सो हर सोमवार, बुधवार, शुक्रवार दोपहर नूं 2 बजे इसे तरीके दे नाल साडे नाल जुड़ के गल्लां बातां करके ते गाणा दा लुत्फ तुसीं उठा सकदे हो। सो फिलहाल रिदम चाहेगा आग्या, बाय बाय, टाटा, रब राखा प्यार भरी, सत श्री अकाल। पंडा मेरा गाना चला दियो। हाँ, 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 हाँ।